ਸ਼ਸ਼ੀਕਾਲ ਵਾਦਾ ਰਿਪੋਰਟ ਦੇਖਣ ਲਈ ਪਹੁੰਚੇ ਹੋਏ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਸਾਰੇ ਤੁਸੀਂ ਠੀਕ-ਠਾਕ ਵਧੀਆ ਤੰਦਰੁਸਤ ਹੋਵੋਗੇ ਦੋਸਤੋ ਜੇਕਰ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਹੀ ਮੌਸਮ ਦੇ ਸੰਬੰਧੀ ਜੋ ਵੀ ਨਵੀਂ ਤਾਜ਼ੀ ਅਪਡੇਟ ਹੈ ਉਸ ਸੰਬੰਧੀ ਅਗਰ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਸਾਡੇ ਦੁਆਰਾ ਪੋਸਟ ਕੀਤੀ ਜਾਣ ਵਾਲੀ ਹਰ ਇੱਕ ਨਵੀਂ ਤਾਜ਼ੀ ਜੋ ਵੀਡੀਓ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੇਸਬੁੱਕ ਚਲਾਉਂਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਵੋ ਨਾਲ ਹੀ ਨਾਲ ਕਮੈਂਟ ਕਰਕੇ ਸਾਨੂੰ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸ ਦਿਓ ਤਾਂ ਕਿ ਅਸੀਂ ਤੁਹਾਨੂੰ ਤੁਹਾਡੇ ਜ਼ਿਲ੍ਹੇ ਦੇ ਮੌਸਮ ਦੀ ਹਰ ਇੱਕ ਕਿ ਨਵੀਂ ਤਾਜ਼ੇ ਅਪਡੇਟ ਲਗਾਤਾਰ ਹੀ ਦੇ ਸਕੀਏ ਆਓ ਦੋਸਤੋ ਬਿਨਾਂ ਦੇ ਕੀਤੇ ਜਾਣਦੇ ਅੱਜ ਦੇ ਮੌਸਮ ਦਾ ਮਜਾਜ ਕਿਵੇਂ ਤਰੈਗਾ ਦੋਸਤੋ ਅੱਜ ਆਪੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਧੁੱਪਾਂ ਦੀ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਲਗਾਤਾਰ ਹੀ ਤੇਜ਼ ਧਾਰ ਦਸਤਕ ਵੇਖਣ ਨੂੰ ਮਿਲ ਰਹੀ ਹੈ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜੋ ਧੁੱਪਾਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਕਾਰਨ ਜੋ ਗਰਮੀ ਹੈ ਲਗਭਗ ਉਹਦਾ ਅਸਰ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਤੇ ਉੱਥੇ ਜੇਕਰ ਹੁਣ ਹਵਾਵਾਂ ਦੀ ਗੱਲ ਕਰੀਏ ਤਾਂ ਜੋ ਹਵਾਵਾਂ ਨੇ ਉਹ ਲਗਾਤਾਰ ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਕਦੇ ਠੰਡੀਆਂ ਕਦੇ ਮਿੱਠੀਆਂ ਕਦੇ ਤੇਜ਼ ਹੋ ਜਾਂਦੀ ਹੈ ਹਵਾ ਤੇ ਕਦੇ ਜੋ ਹਲਕੀਆਂ ਨੇ ਉਹ ਹਵਾਵਾਂ ਦੇਖਣ ਨੂੰ ਮਿਲਦੀਆਂ ਨੇ ਤੇ ਅੱਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਦੇ ਵਿੱਚ ਹਲਕੀਆਂ ਮੋਟੀਆਂ ਜੋ ਹਵਾਵਾਂ ਨੇ ਉਹਨਾਂ ਦਾ ਲਗਾਤਾਰ ਜੋ ਦੌਰ ਹੈ ਉਹ جاری ਹੈ ਪਰ ਜੋ ਤੇਜ਼ ਤਾਰ ਧੁੱਪ ਹੈ ਉਹਦੇ ਕਾਰਨ ਕਿਤੇ ਨਾ ਕਿਤੇ ਜੋ ਗੁਰ ਵਾਲਾ ਮੌਸਮ ਹੈ ਯਾਨੀ ਕਿ ਜੋ ਗਰਮੀ ਹੈ ਉਹ ਮਹਿਸੂਸ ਹੁੰਦੀ ਜਾਪਦੀ ਹੈ ਬਾਕੀ ਜੇਕਰ ਆਪਾਂ ਬਰਸਾਤਾ ਦੀ ਗੱਲ ਕਰੀਏ ਤਾਂ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈਤਾਸਾ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਅਭੀਤੇ ਦੋ ਦਿਨ ਪਹਿਲਾਂ ਜੋ ਪੰਜਾਬ ਦਾ ਮੌਸਮ ਸੀ ਇੱਕਦਮ ਹੀ ਗੜਬੜਾ ਗਿਆ ਸੀ ਉਹ ਹਿੱਲ ਗਿਆ ਸੀ ਕਿ ਜਿਸ ਕਾਰਨ ਜੋ ਬੱਦਲਬਾਹੀ ਸੀ ਉਹ ਪੰਜਾਬ ਦੇ ਵਿੱਚ ਲਗਾਤਾਰ ਵੀ ਸ਼ੁਰੂ ਹੋ ਗਈ ਸੀ ਤੇ ਜੋ ਬਿੱਤੇ ਦਿਨ ਸਮਾਣਾ ਲੱਗੇ ਜੋ ਪਾਤਨਾ ਹੋ ਗਿਆ ਉਸ ਇਲਾਕੇ ਦੇ ਵਿੱਚ ਹਲਕੀ ਮੋਟੀ ਕਿਣਮਿਣ ਕਿਣਮਿਣ ਵੇਖਣ ਨੂੰ ਮਿਲ ਰਹੀ ਸੀ ਜਿਸ ਕਾਰਨ ਉਧਰਲੇ ਇਲਾਕੇ ਦੇ ਵਿੱਚ ਥੋੜੀ ਬਹੁਤੀ ਹਲਕੀ ਠੰਡ ਦਾ ਅਹਿਸਾਸ ਲੱਗ ਰਿਹਾ ਪਰ ਅੱਜ ਸਵੇਰ ਤੋਂ ਫਿਰ ਤੋਂ ਜੋ ਹਵਾਵਾਂ ਨੇ ਹਲਕੀਆਂ ਮੋਟੀਆਂ ਜਾਰੀ ਹੋ ਗਈਆਂ ਤੇ ਧੁੱਪ ਦੀ ਜੋ ਦਸਤਕ ਆ ਉਹ ਲਗਾਤਾਰ ਹੀ ਸੰਘਣੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਜਿਸ ਕਾਰਨ ਜੋ ਬਰਸਾਤ ਕਾਰਨ ਠੰਡ ਕੋਈ ਸੋ ਇਹ ਪੂਰੇ ਤਰੀਕੇ ਨਾਲ ਕਵਰ ਹੋ ਚੁੱਕੀ ਹੈ ਬਾਕੀ ਦੋਸਤੋ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ ਤਾਂ ਜੋ ਅਗਲੇ ਦਿਨਾਂ ਦੇ ਦੌਰਾਨ ਦਾ ਮੌਸਮ ਹੈ ਉਹ ਵੀ ਲਗਭਗ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਤੇਜ਼ ਧੁੱਪਦਾਰ ਵਾਲਾ ਬਣਿਆ ਰਹੇਗਾ ਪਰ ਜੇਕਰ ਫਿਰ ਵੀ ਜੋ ਹਲਕੇ ਮੋٹے ਇਲਾਕੇ ਨੇ ਇੱਕ ਅੱਧਾ ਇੱਕਾ ਦੁਕਾ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਬਦਲਬਾਹੀ ਦੇ ਨਾਲ ਨਾਲ ਹਲਕੀਆਂ ਬਰਸਾਤਾਂ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਦੋਸਤੋ ਜੇਕਰ ਇਸ ਰਿਪੋਰਟ ਦੇ ਵਿੱਚ ਕੋਈ ਵੀ ਤਬਦੀਲੀ ਹੁੰਦੀ ਹੈ ਤਾਂ ਉਸ ਦੀ ਹਰ ਉਸ ਦੀ ਜੋ ਵੀ ਬਲ-ਬਲ ਦੀ ਅਪਡੇਟ ਹੋਏਗੀ ਉਹ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤਾਂ ਇਹ ਤਾਂ ਸੀ ਦੋਸਤੋ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਸ਼ੇਅਰ ਅਤੇ ਜ਼ਰੂਰ ਕਰਿਓ ਧੰਨਵਾਦ